ਮੇਰੇ ਪਿੱਛੇ ਪਿੱਛੇ ਕਿਉਂ ਆ ਰਹੀ ਹੈ? ਇਹ ਤੂੰ ਕਿਹਨੂੰ ਮਿਲ ਕੇ ਆਈ ਹੈ ਪਲਕ? ਫਰੈਂਡ ਸੀ ਮੇਰਾ। ਫਰੈਂਡ? ਤੇ ਇਸ ਫਰੈਂਡ ਨੂੰ ਘਰਦਿਆਂ ਦੇ ਨਾਲ ਮਿਲ ਸਕਦੀ ਹੈ? ਕਿਵੇਂ ਲੁਕ ਲੁਕ ਕੇ ਮਿਲਣੀ ਜ਼ਰੂਰੀ ਹੈ ਇਸ ਫਰੈਂਡ ਨੂੰ? ਮੈਂ ਕਿਸੇ ਨੂੰ ਲੁਕ ਲੁਕ ਕੇ ਨਹੀਂ ਸੀ ਮਿਲ ਰਹੀ, ਪਰ ਹਾਂ ਤੂੰ ਮੇਰੀ ਜਾਸੂਸੀ ਜ਼ਰੂਰ ਕਰ ਰਹੀ ਸੀ। ਪਲਕ, ਇਹ ਗੱਲ ਨਾ ਚੰਗੀ ਨਹੀਂ ਹੈ। ਤੇਰੀ ਮੰਗਣੀ ਹੋਣ ਵਾਲੀ ਹੈ, ਤੇ ਜੇ ਮਾਨਵ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਨਾ, ਉਹਨੂੰ ਬਹੁਤ ਬੁਰਾ ਲੱਗਣਾ। ਤੈਨੂੰ ਮਾਨਵ ਦੀ ਮੇਰੇ ਨਾਲੋਂ ਜ਼ਿਆਦਾ ਫਿਕਰ ਹੈ। ਮੈਨੂੰ ਨਾ ਜ਼ਿਆਦਾ ਭਾਸ਼ਣ ਨਾ ਦੇ, ਇਹ ਮੇਰੀ ਲਾਈਫ ਹੈ ਤੇ ਮੇਰਾ ਜੋ ਦਿਲ ਕਰੇਗਾ ਨਾ ਮੈਂ ਉਹੀ ਕਰੂੰਗੀ। ਗੁੱਸਾ ਹੈ ਨਾ ਤੂੰ ਰਣਵੀਰ ਉੱਤੇ? ਇਸ ਵਾਰ ਉਹਨੂੰ ਚੰਗੀ ਤਰ੍ਹਾਂ ਸਬਕ ਸਿਖਾਵੀ। ਸਬਕ ਸਿਖਾਵਾਂ? ਕੀ ਮਤਲਬ? ਜਦੋਂ ਤੱਕ ਉਹ ਤੇਰੇ ਕੋਲੋਂ ਚੰਗੀ ਤਰ੍ਹਾਂ ਮਾਫੀ ਨਾ ਮੰਗੇ, ਤੂੰ ਘਰ ਵਾਪਸ ਨਾ ਆਵੀਂ। ਉਹਨੇ ਤੇਰੇ ਨਾਲ ਚੰਗਾ ਨਹੀਂ ਕੀਤਾ ਤੇ ਉਹਦੇ ਕੀਤੇ ਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ। ਮੈਂ ਤੈਨੂੰ ਇੱਕ ਗੱਲ ਕਹਿਣ ਲੱਗਿਆ, ਹੁਣ ਤੂੰ ਛੇਤੀ ਘਰ ਨਾ ਆਵੀਂ, ਪਿਆ ਰਹਿਣ ਦੇ ਉਹਨੂੰ ਸੁੱਕਣੇ। ਕੋਈ ਇਸ ਵਿਆਹ ਨੂੰ ਵਿਆਹ ਹੀ ਨਹੀਂ ਮੰਨਦਾ ਤਾਂ ਫਿਰ ਇਹ ਤਲਾਕ ਕਿਹੜੀ ਗੱਲ ਦਾ? ਜੇ ਇਹਨਾਂ ਨੇ ਸਾਈਨ ਨਹੀਂ ਕਰਨੇ ਨਾ ਤਾਂ ਮੈਂ ਵੀ ਨਹੀਂ ਕਰਨੇ। ਪਹਿਲਾਂ ਤੁਸੀਂ ਆਪਣੇ ਪੁੱਤ ਨੂੰ ਕਹੋ ਕਿ ਇਹਦੇ ਤੇ ਸਾਈਨ ਕਰੇ। ਫਿਰ ਜੋ ਕਰਨਾ ਹੈ ਕਰੋ, ਕੱਲ ਨੂੰ ਪਛਤਾਏਗਾ ਰਣਵੀਰ, ਫਿਰ ਮੇਰੇ ਕੋਲ ਨਾ ਆਈ। ਡਾਊਨਲੋਡ ਕਰੋ Z5 ਐਪ ਤੇ ਵੇਖੋ ਆਪਣੇ ਪਸੰਦੀਦਾ ਸ਼ੋਜ਼ ਦੇ ਸਾਰੇ ਐਪੀਸੋਡ ਕਿਤੇ ਵੀ ਕਦੇ ਵੀ ਬਿਲਕੁਲ ਮੁਫਤ।